ਨਰਪਾਲ ਸਿੰਘ ਸੰਧੂ ਰਿਪਰੈਜ਼ੈਂਟ ਕਰ ਰਹੇ ਨੇ 3 ਸਾਹਿਬ ਨੂੰ 3 ਸਾਹਿਬ ਪਹੁੰਚ ਨਹੀਂ पाए ਸਰਦੂ ਸਾਹਿਬ ਕਿਵੇਂ ਦੇਖ ਰਹੇ ਹੋ ਤੁਹਾਡਾ ਅਲਾਈਅੰਸ ਜਿਹੜਾ ਔਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਭਾਈਵਾਲ ਸੀਗੇ ਹੁਣ ਤੁਸੀਂ ਭਾਜਪਾ ਨਾਲ ਇਲੈਕਸ਼ਨ ਮਿਲ ਕੇ ਲੜ ਰਹੇ ਹੋ ਬੜਾ ਇੱਕ ਡਿਫਰੈਂਟ ਐਕਸਪੀਰੀਅੰਸ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਪਹਿਲੀ ਵਾਰ ਹੀ ਹੈ ਬੜਾ ਅਨਪ੍ਰੈਸੀਡੈਂਟਡ 4 ਤੋਂ 5 ਪਾਰਟੀਆਂ ਜਿਹੜੀਆਂ ਨੇ ਉਹ ਗਰਾਊਂਡ ਵਿੱਚ ਹੈ ਕਿੰਨੀ ਡਿਫਰੈਂਟ ਹੈ ਇਸ ਇਲੈਕਸ਼ਨ ਤੁਹਾਨੂੰ ਲੱਗ ਰਹੀ ਹੈ ਔਰ ਕੀ ਲੱਗਦਾ ਤੁਹਾਡਾ ਅਲਾਈਅੰਸ ਕਿੰਨਾ ਤਾਕਤਵਰ ਹੈ ਜ਼ਮੀਨ ਤੇ ਕਿਉਂਕਿ ਸ਼ਰੋਮਣੀ ਕਾਲੀਦਾਲ ਨੂੰ ਜਿਹੜਾ ਸਾਥ ਮਿਲਿਆ ਬੀਐਸਪੀ ਦਾ ਉਹ ਵੀ ਦਾਵਾ ਕਰ ਰਿਹਾ ਕਿ ਅਸੀਂ ਸਰਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਹੋਵਾਂਗੇ ਤੁਹਾਡੀ ਪਾਰਟੀ ਇਹਨਾਂ ਦੇ ਨਾਲ ਮਿਲ ਕੇ ਇਲੈਕਸ਼ਨ ਲੜ ਰਹੀ ਹੈ ਕੀ ਪਲਾਨਿੰਗ ਹੈ ਪੰਜਾਬ ਨੂੰ ਲੈ ਕੇ ਔਰ ਢੀਂਸਾ ਸਾਹਿਬ ਤੇ ਪਰਮਿੰਦਰ ਢੀਂਸਾ ਵਿੱਤ ਮੰਤਰੀ ਰਹਿ ਚੁਕੇ ਹਨ ਹੁਣ ਵਾਲੇ ਵਿੱਤ ਮੰਤਰੀ ਕਹਿੰਦੇ ਖਜ਼ਾਨਾ ਖਾਲੀ ਹੈ ਖਜ਼ਾਨਾ ਤੁਹਾਡੇ ਵਾਲੇ ਤਾਂ ਨਹੀਂ ਕਹਿਣਗੇ ਉਸ ਵੇਲੇ ਨਹੀਂ ਅਸੀਂ ਦੇਖਿਆ ਕਿ ਪੰਜਾਬ ਦਾ ਵਿਕਾਸ ਕਿਵੇਂ ਹੋ ਸਕਦਾ ਜਿਵੇਂ ਕਿ ਆਪ ਸਭ ਨੇ ਕਿਹਾ ਬੀਨੈਸ਼ਨ ਸਿਕਿਉਰਿਟੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਪੰਜਾਬ ਦੇ ਸਿਰ ਪੰਜ ਲੱਖ ਕਰੋੜ ਤੋਂ ਵੀ ਵੱਧ ਦਾ ਕਰਜ਼ਾ ਹੈ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਹੈ ਅਨਐਮਪਲੋਇਮੈਂਟ ਹੈ ਤੇ ਜੋ ਵਿਕਾਸ ਦਾ ਚੰਨੀ ਜੀ ਕਹਿੰਦੇ ਆ ਹੋਕਾ ਦੇ ਰਹੇ ਆ ਉਹ 111 ਦਿਨ ਦਾ ਆਪਣਾ ਦਿਖਾ ਰਹੇ ਆ ਵੀ 111 ਦਿਨਾਂ ਚ ਮੈਂ ਬਹੁਤ ਖੁਸ਼ ਕਰਤਾ ਉਹ ਸਾਰੇ ਮਤਲਬ ਖੋਖਲੇ ਵਾਦੇ ਜਿਹੜੇ ਉਹਨਾਂ ਨੇ ਕੀਤੇ ਤੇ ਢੀਂਸਾ ਸਾਹਿਬ ਤੇ ਸਾਡੀ ਸਾਰੇ ਜਿਹੜੀ ਕੋਰ ਕਮੇਟੀ ਬੈਠੀ ਤਾਂ ਉਹਨਾਂ ਨੇ ਸਾਰਿਆਂ ਨੇ ਤੇ ਡਿਸਕਸ਼ਨ ਕੀਤੀ ਤੇ ਵੀ ਇਹ ਜਿਹੜੇ ਮੁੱਦੇ ਆ ਇਹ ਕਿਵੇਂ ਠੀਕ ਹੋ ਸਕਦੇ ਆ ਤੇ ਸਭ ਤੋਂ ਪਹਿਲਾਂ ਢੀਂਸਾ ਸਾਹਿਬ ਨੇ ਜੋ ਕਨਸਾਨ ਅੰਦੋਲਨ ਸ਼ੁਰੂ ਹੋਇਆ ਪ੍ਰਾਈਮ ਮਿੰისტਰ ਮਿਸਟਰ ਨਿਰਿੰਦਰ ਮੋਦੀ ਜੀ ਨੂੰ ਚਿੱਠੀ ਲਿਖੀ ਕਿ ਜੋ ਜਿਹੜੇ ਕਾਨੂੰਨ ਹੈਗੇ ਆ ਇਹਨਾਂ ਤੇ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ ਕਿ ਜਿਹੜੇ ਪਪੂਲਰ ਸੈਂਟੀਮੈਂਟਸ ਆ ਪੰਜਾਬ ਦੇ ਉਹ ਨਹੀਂ ਚਾਹੁੰਦੇ ਕਿ ਇਹ ਕਾਨੂੰਨ ਜਿਹੜੇ ਹੋਣ ਤੇ ਕੈਪਟਨ ਸਾਹਿਬ ਨੇ ਵੀ ਉਹਨਾਂ ਦੀ ਸਪੋਰਟ ਕੀਤੀ ਕਿਸਾਨਾਂ ਦੀ ਤੇ ਮੋਦੀ ਜੀ ਨੇ ਵੀ ਸਾਰੇ ਆਪਣੇ ਹੋਰ ਸਹਿਯੋਗੀ ਇਹਨਾਂ ਨਾਲ ਗੱਲ ਕੀਤੀ ਤੇ ਉਹ ਕਾਨੂੰਨ ਵਾਪਸ ਹੋਏ ਤਾਂ ਪੰਜਾਬ 'ਚ ਇੱਕ ਬਹੁਤ ਵਧੀਆ ਮਾਹੌਲ ਬਣਿਆ ਤੇ ਉਹ ਦਿਨ ਜਿੱਦਨ ਗੁਰੂ ਮਹਾਰਾਜ ਦਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਸੀ ਉਹ ਦਿਨ ਮੋਦੀ ਜੀ ਨੇ ਨੇਸ਼ਨ ਨੂੰ ਅਡਰੈਸ ਕੀਤਾ ਤੇ ਉਹ ਨੂੰ ਨੂੰ ਵਾਪਸ ਕਰਨ ਦਾ ਜੋ ਐਲਾਨ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਅਸੀਂ ਇੱਕ ਕਾਨੂੰਨ ਬਣਾਏ ਅਸੀਂ رائے ਲਈ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਜਿੰਨਾ ਲੋਕਾਂ ਨੇ ਅਸੀਂ ਕਾਨੂੰਨ ਬਣਾਏ ਉਹ ਖੁਸ਼ ਨਹੀਂ ਹੈਗੇ ਜਾਂ ਅਸੀਂ ਉਹਨਾਂ ਨੂੰ ਨਹੀਂ ਚੰਗੀ ਤਰ੍ਹਾਂ ਦੱਸ ਸਕੇ ਇਹਨਾਂ ਬਾਰੇ ਤੇ ਅਸੀਂ ਇਹਨਾਂ ਨੂੰ ਵਾਪਸ ਲੈਨੇ ਆ ਤੇ ਜੇ ਕਿਸੇ ਦਾ ਕੋਈ ਦਿਲ ਦੁਖਿਆ ਉਹਦੇ ਲਈ ਵੀ ਅਸੀਂ ਉਹਨਾਂ ਨਾਲ ਕਿਹਾ ਮਤਲਬ ਪਬਲੀਕਲੀ ਇੱਕ ਤਰ੍ਹਾਂ ਦੇ ਉਹਨਾਂ ਨੇ ਮਾਫੀ ਮੰਗੀ ਸਾਰੀ ਜਨਤਾ ਤੋਂ ਤੇ ਇੱਕ ਬਹੁਤ ਵੱਡਾ ਵਿਸ਼ਾਲ ਹਿਰਦਾ ਉਹਨਾਂ ਨੇ ਦਿਖਾਇਆ ਤੇ ਇੱਕ ਬਹੁਤ ਪੋਜ਼ਿਟਿਵ ਮਾਹੌਲ ਪੰਜਾਬ 'ਚ ਹੋਇਆ ਅਸੀਂ ਸਾਰੀਆਂ ਪਾਰਟੀਆਂ ਨੇ ਕੈਪਟਨ ਸਾਹਿਬ ਨੇ ਵੀ ਅਸੀਂ ਵੀ ਸੋਚਿਆ ਕਿ ਵੀ ਹੁਣ ਇੱਕ ਮਾਹੌਲ ਅੱਛਾ ਬਣ ਚੁੱਕਿਆ ਤੇ ਕਾਂਗਰਸ ਦੇ ਅੰਗੇਸ਼ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਕਿਉਂਕਿ ਇਹ ਡਬਲ ਇੰਜਨ ਵਾਲੀ ਸਰਕਾਰਾਂ ਦੀ ਗੱਲ ਹੈ ਕਿ ਪੰਜਾਬ ਦਾ ਜੇ ਵਿਕਾਸ ਹੋਊਗਾ ਉਹ ਤਾਂ ਉਹ ਸਰ ਜੇ ਸੈਂਟਰ ਦੇ ਸਾਡੀ ਸਰਕਾਰ ਹੋਵੇ ਕਿਉਂਕਿ ਸੈਂਟਰ ਨਹੀਂ ਸਾਨੂੰ ਗ੍ਰਾਂਟਸ ਦੇਣੀਆਂ ਸੈਂਟਰ ਨੇ ਸਾਰੀਆਂ ਸਕੀਮਸ ਦੇਣੀਆਂ ਜੇ ਨੈਸ਼ਨਲ ਸਕਿਉਰਿਟੀ ਵਾਲੀ ਗੱਲ ਵੀ ਹੈ ਉਹ ਵੀ ਸੈਂਟਰ ਦੇ ਮਦਦ ਤੋਂ ਬਿਨਾ ਅਸੀਂ ਇੱਥੇ ਅਮਨ-ਮਨ ਕਾਇਮ ਨਹੀਂ ਰੱਖ ਸਕਦੇ ਜੋ ਪਾਕਿਸਤਾਨ ਤੋਂ ਹਥਿਆਰ ਆ ਰਹੇ ਹਨ 테ਰਰਿਸਟ ਆ ਰਹੇ ਉਹ ਵੀ ਤਾਂ ਹੀ ਅਸੀਂ ਰੋਕ ਸਕਦੇ ਜੇ ਪ੍ਰੋਪਰ ਫੀਡਬੈਕ ਹੈ ਜਿਹੜੀ ਸੈਂਟਰਲ ਏਜੰਸੀਜ਼ ਵੱਲੋਂ ਸਾਨੂੰ ਮਿਲਦੀ ਰਹੇ আচ্ছা ਤੁਹਾਨੂੰ ਤੇ ਮੌਕਾ ਮਿਲਿਆ ਡਬਲ ਇੰਜਨ ਦੀ ਸਰਕਾਰ ਕਿਉਂਕਿ ਕਾਂਲੀ ਪਾਲ ਤੇ ਭਾਜਪਾ ਦਾ ਘੱਟ ਜੋੜ ਸੀ ਉਹ ਤਾਂ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਸੀਗੇ ਉਸ ਵੇਲੇ ਕਿਉਂ ਨਹੀਂ ਡਬਲ ਇੰਜਨ ਚੱਲਿਆ ਤੁਹਾਡਾ ਨਹੀਂ ਉਦੋਂ ਵੀ ਸਾਰੀ ਡਵੈਲਪਮੈਂਟ ਹੋਈ ਹੈ ਸਾਰਾ ਕੰਮ ਕੀਤਾ ਪਰ ਜਦੋਂ ਬਾਅਦ ਦੇ ਵਿੱਚ ਆ ਕੇ ਜਿਹੜਾ ਇਹਨਾਂ ਦਾ ਜੋ ਡਿਫਰੈਂਸ ਆਪੀਨੀਅਨ ਹੋਇਆ ਆਕਾਲੀ ਦਲ ਨੂੰ ਜਿਵੇਂ ਸੱਜ ਸੁਖਬੀ ਸਿੰਘ ਬਾਦਲ ਉਹਨੇ ਰਨ ਕੀਤਾ ਬੀਜੇਪੀ ਦੇ ਨਾਲ ਉਹਨਾਂ ਦੇ ਜਿਹੜੇ ਰਸਤੇ ਅਲੱਗ-ਅਲੱਗ ਹੋਏ ਆ ਤੇ ਉਹਦੇ ਤੇ ਜੋ ਖਟਾਸ ਪੈਦਾ ਹੋਈ ਹੈ ਤੇ ਬੀਜੇਪੀ ਨੇ ਵੀ ਸੋਚਿਆ ਬੀਜੇਪੀ ਗਵਰਨਮੈਂਟ ਵੀ ਸੋਚਿਆ ਅਸੀਂ ਆਕਾਲੀ ਦਲ ਨਾਲ ਨਹੀਂ ਚੱਲ ਸਕਦੇ ਤੇ ਖਾਸ ਤੌਰ ਤੇ ਉਦੋਂ ਪੰਜਾਬ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਤੇ ਸ਼ੋਮਨੀ ਕਾਲੀ ਦਲ ਦੇ ਖਿਲਾਫ ਇੱਕ ਬਹੁਤ ਹੇਟਿਡ ਦਾ ਜੋ ਮਾਹੌਲ ਜਿਹੜਾ ਬਣਿਆ ਤਾਂ ਕਰਕੇ ਇਹ ਸਾਰੇ ਵਕਫ ਵਕ ਹੋ ਗਏ ਜੀ